ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰਿਓ, ਅੱਜ ਅਸੀਂ ਉਹਨਾਂ ਸਿੰਘਾਂ ਦੀ ਯਾਦ ਦੇ ਵਿੱਚ ਜੁੜੇ ਬੈਠੇ ਹਾਂ ਜਿਨ੍ਹਾਂ ਦੇ ਖੂਨ ਦੇ ਵਿੱਚ ਫਤਿਹ ਹੋਣ ਦਾ ਜਜ਼ਬਾ ਸੀ, ਜਿਹੜੇ ਫਤਿਹ ਯਾਬ ਹੋਣ ਵਾਸਤੇ ਲੜੇ, ਜਿਹੜੇ ਸ਼ਹੀਦ ਹੁੰਦਿਆਂ ਵੀ ਫਤਿਹ ਗਵਾਉਂਦੇ ਰਹੇ। ਇਸ ਕਰਕੇ ਕੋਈ ਰਸਨਾ ਵਾਂਝੀ ਨਾ ਰਹੇ, ਆਹ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਅੱਜ 25 ਸਾਲ ਹੋ ਗਏ ਨੇ ਇਸ ਘਟਨਾ ਨੂੰ ਵਾਪਰਿਆ, ਪਰ ਬੜੀ ਤਰਾਸਦੀ ਦੀ ਗੱਲ ਹੈ, ਇਹਨਾਂ 25 ਸਾਲਾਂ ਦੇ ਵਿੱਚ ਇਸ ਸਾਕੇ ਦੇ ਬਾਰੇ, ਇਸ ਘਟਨਾ ਦੇ ਬਾਰੇ 100 ਦੇ ਕਰੀਬ ਕਿਤਾਬਾਂ ਲਿਖੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚੋਂ ਸਿੱਖਾਂ ਵੱਲੋਂ ਲਿਖੀਆਂ ਕਿਤਾਬਾਂ ਦੀ ਗਿਣਤੀ ਬਹੁਤ ਘੱਟ ਹੈ, ਸਰਕਾਰ ਨੇ ਜ਼ਿਆਦਾ ਲਿਖੀਆਂ। ਔਰ ਜਿੰਨੀਆਂ ਸਿੱਖ ਕੌਮ ਦੇ ਵਿਦਵਾਨਾਂ ਨੇ ਲਿਖੀਆਂ ਨੇ ਉਹ ਵੀ ਸ਼ਾਇਦ ਕਿਤੇ ਨਾ ਕਿਤੇ ਸਰਕਾਰੀ ਦਬਾਅ ਦੇ ਅਧੀਨ, ਉਹ ਵੀ ਪੂਰੇ ਰੂਪ ਦੇ ਵਿੱਚ ਇਸ ਘਟਨਾ ਨੂੰ ਪ੍ਰਜੈਂਟ ਨਾ ਕਰ ਸਕੇ। ਇਹ ਘਟਨਾ ਕਿਵੇਂ ਦੀ ਸੀ, ਇਹਦੇ 'ਤੇ ਸਾਡੇ 'ਤੇ ਪ੍ਰਭਾਵ ਕੀ ਪਵੇ, ਜਾਂ ਫਿਰ ਇਸ ਘਟਨਾ ਤੋਂ ਬਾਅਦ ਸਾਡੇ ਅੰਦਰ ਇੱਕ ਸਮੂਹਿਕ ਰੂਪ 'ਚ ਇੱਕ ਸਿੱਖ ਨੌਜਵਾਨੀ ਕਿਹੜੀ ਚੇਤਨਾ ਨੇ ਜਨਮ ਲਿਆ। ਸਭ ਤੋਂ ਵੱਡੀ ਗੱਲ ਇੱਕ ਤਰਾਸਦੀ ਗੱਲ, ਅਸੀਂ ਤਾਂ ਅਜੇ ਤੱਕ ਇਹ ਵੀ ਪ੍ਰਭਾਸ਼ਿਤ ਨਾ ਕਰ ਸਕੇ ਕਿ ਇਹ ਵਾਪਰੀ ਹੋਈ ਘਟਨਾ ਕੀ ਸੀ। ਆ ਜਿਹੜੀ ਮੈਂ ਤੁਹਾਨੂੰ ਸਲਾਈਡ ਦਿਖਾ ਰਿਹਾ, ਇੱਥੇ ਮੈਂ ਇੱਕ ਸ਼ਬਦ ਵਰਤਿਆ, ਅਟੈਕ ਔਨ ਹਾਰਟ ਆਫ ਸਿੱਖਿਜ਼ਮ, ਸਿੱਖੀ ਦੇ ਦਿਲ ਤੇ ਹਮਲਾ। ਕਿਉਂਕਿ ਮਾਈਕਲ ਐਡਵਰਡ ਇੱਕ ਅੰਗਰੇਜ਼ ਵਿਦਵਾਨ ਹੋਇਆ ਹੈ, ਉਹ ਕਹਿੰਦਾ ਜਦੋਂ ਤੁਸੀਂ ਹਰਿਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਦੇ ਰੂਪ ਚ ਵੇਖੋਗੇ ਨਾ, ਇੱਕ ਸੋਨੇ ਦੇ ਮੰਦਰ ਦੇ ਰੂਪ ਦੇ ਵਿੱਚ, ਗੁਰੂ ਨੇ ਸੋਨੇ ਦਾ ਮੰਦਰ ਨਹੀਂ ਸਾਧਿਆ। ਗੁਰੂ ਨੇ ਕਿਹਾ ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਰਦਾਰੀ ਰਾਮ। ਗੁਰੂ ਨੇ ਹਰ ਦਾ ਮੰਦਰ ਬਣਾਇਆ, ਸੋਨੇ ਦਾ ਮੰਦਰ ਨਹੀਂ ਬਣਾਇਆ। ਜਦੋਂ ਅਸੀਂ ਇਮਾਰਤ ਦੇ ਰੂਪ ਚ ਵੇਖਾਂਗੇ ਤਾਂ ਢੱਠੀ ਹੋਈ ਇਮਾਰਤ ਨੂੰ ਵੇਖ ਕੇ ਪੀੜ ਜਨਮ ਨਹੀਂ ਦੇਵੇਗੀ, ਪਰ ਜਦੋਂ ਸਿੱਖ ਮਹਿਸੂਸ ਕਰੇਗਾ ਕਿ ਅਟੈਕ ਔਨ ਹਾਰਟ ਆਫ ਸਿੱਖਿਜ਼ਮ, ਸਿੱਖ ਦੇ ਦਿਲ ਤੇ ਹਮਲਾ ਹੋਇਆ, ਫਿਰ ਉਸ ਪੀੜ ਨੂੰ ਮਾਸਿਆਂ ਤੱਕ ਅਸੀਂ ਜਦੋਂ ਭੁਲਾ ਨਹੀਂ ਸਕਾਂਗੇ। ਸਗੋਂ ਸੋਨੇ ਦਾ ਮੰਦਰ ਨਹੀਂ ਹੈ, ਉਹ ਹਰ ਦਾ ਮੰਦਰ ਹੈ। ਹਮਲਾ ਸੋਨੇ ਦੇ ਮੰਦਰ ਤੇ ਨਹੀਂ, ਹਮਲਾ ਸਿੱਖ ਦੇ ਉਸ ਹਰ ਮੰਦਰ ਤੇ ਹੋਇਆ ਜਿਹਨੂੰ ਸਿੱਖ ਆਪਣਾ ਦਿਲ ਪਹੁੰਚਦਾ। ਪਰ ਤਰਾਸਦੀ ਦੀ ਗੱਲ ਹੈ, ਇਹਨਾਂ 25 ਸਾਲਾਂ ਦੇ ਵਿੱਚ ਅਸੀਂ ਅਜੇ ਤੱਕ ਇਹ ਨਾ ਪ੍ਰਭਾਸ਼ਿਤ ਕਰ ਸਕੀਏ ਕਿ ਇਹ ਸਾਕਾ ਸੀ, ਕੀ ਇਹ ਕਤਲੇਆਮ ਸੀ, ਕੀ ਇਹ ਕਾਰਵਾਈ ਸੀ, ਕੀ ਇਹ ਆਪਰੇਸ਼ਨ ਸੀ, ਜਾਂ ਇਹ ਘੱਲੂਘਾਰ ਸੀ। ਤੁਸੀਂ ਵੱਖ ਵੱਖ ਵਿਦਵਾਨਾਂ ਦੀਆਂ ਕਿਤਾਬਾਂ ਪੜ੍ਹ ਕੇ ਵੇਖ ਲਓ, ਅਸੀਂ ਤਾਂ ਗੁਰੂ ਸਾਹਿਬਾਨ ਦੀਆਂ ਸਾਂਝੀਆਂ ਲਿਖੀਆਂ ਰਚਨਾਵਾਂ ਤੋਂ ਵੀ ਇਹ ਸਿੱਖਿਆ ਨਾ ਸਿੱਖੀ। ਮਾਫ ਕਰਨਾ, ਇਤਿਹਾਸ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਹੈ। 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸਰੀਰ ਦਾ ਟਿਕਰਾ ਦਿੱਲੀ ਚ ਫੜਦੇ ਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸ਼ਹੀਦੀ ਦੇ ਬਾਰੇ ਆਪਣੀ ਬਾਣੀ ਚ ਲਿਖਦੇ, ਪਤਾ ਕਿਵੇਂ, ਤਿਲਕ ਜੰਜੂ ਰਾਖਾ ਪ੍ਰਭ ਦਾਗਾ ਕੀਨੋ ਬੜੂ ਕਲੂ ਮੈਂ ਸਾਕਾ, ਮੇਰੇ ਪਿਤਾ ਦੇ ਤਾਕਾ ਦਾ ਭਾਵ ਹੈ ਉਹਨਾਂ ਦਾ ਤਾਕਾ, ਉਹਨਾਂ ਦਾ, ਉਹਨਾਂ ਦੀ ਧਰਤੀ ਦੇ ਵਾਸਤੇ, ਉਹਨਾਂ ਦੀ ਡੋਬੀ ਦੇ ਵਾਸਤੇ, ਉਹਨਾਂ ਦੇ ਜੰਜੂ ਦੇ ਵਾਸਤੇ, ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦੇ ਵਾਸਤੇ ਆਪਣੇ ਸਰੀਰ ਦਾ ਟਿਕਰਾ ਦਿੱਲੀ ਚ ਭਰ ਦਿੱਤਾ।
ਪਰ ਉਸ ਨੂੰ ਚਾਹੀਦਾ ਗੁਰੂ ਪਾਤਸ਼ਾਹ ਨੇ ਸਾਕਾ ਸਾਕਾ ਦੀ ਡੈਫੀਨੇਸ਼ਨ ਕੀ ਹੈ ਜਿੱਥੇ ਚਾਰ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਜੇ ਜਾਨ ਤੋਂ ਆਉਣੀ ਜਾਣੀ ਹੈ ਇਸ ਜਾਨ ਕੀ ਪਰ ਕੋਈ ਬਾਤ ਨਹੀਂ ਜਿਸ ਤਰ ਸੇ ਕੋਈ ਮਤਲ ਮੇ ਗਿਆ ਵੋ ਸ਼ਾਨ ਸਲਾਮਤ ਰਹਿੰਦੀ ਹੈ ਜਦੋਂ ਕਾਤਲ ਤਿਆਰ ਹੋਵੇ ਕਤਲ ਦੇ ਵਾਸਤੇ ਮਕਤੂਲ ਖੁਦ ਚੱਲ ਕੇ ਮਕਤਲ ਦੇ ਵਿੱਚ ਜਾਵੇ ਤੇ ਕਤਲ ਦੀ ਕਿਰਿਆ ਹੋ ਜਾਵੇ ਜਦੋਂ ਚਾਰ ਚੀਜ਼ਾਂ ਇਕੱਠੀਆਂ ਹੋ ਜਾਣ ਔਰ ਦੁਨੀਆਂ ਦੀ ਪਹਿਲੀ ਘਟਨਾ ਹੈ ਕਾਤਲ ਮਕਤਲ ਦੇ ਵਿੱਚ ਬੈਠਾ ਹੈ ਕਤਲ ਕਰਨ ਦੇ ਵਾਸਤੇ ਮਕਤੂਲ ਜਿਸ ਦਾ ਕਤਲ ਹੋਣਾ ਹੈ ਉਹ ਖੁਦ ਤੁਰ ਕੇ ਜਾ ਰਿਹਾ ਇਹਨੂੰ ਕਤਲ ਕੀਤਾ ਜਾਵੇ ਮਾਫ ਕਰਨਾ ਵੀ ਦੁਨੀਆਂ ਨੂੰ ਦੱਸ ਨਹੀਂ ਸਕੇ ਮਨੁੱਖੀ ਹੱਕਾਂ ਦੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੁਨੀਆਂ ਦੀ ਪਹਿਲੀ ਸ਼ਹਾਦਤ ਹੈ ਦੁਨੀਆਂ ਦੇ ਇਤਿਹਾਸ ਨੂੰ ਪੜ੍ਹ ਕੇ ਦੇਖ ਲਓ ਕਿਸੇ ਧਰਮ ਦੇ ਵਿੱਚ ਐਸਾ ਪੀਰ ਪੈਗੰਬਰ ਬਲੀ ਨੇ ਜਨਮ ਨਹੀਂ ਲਿਆ ਜਿਹੜਾ ਕਿਸੇ ਗੈਰ ਕੌਮ ਦੀ ਰੱਖਿਆ ਦੇ ਹੇਠ ਆਪਣੇ ਸਰੀਰ ਦਾ ਟੀਕਾ ਦਿੱਲੀ ਜਾ ਕੇ ਪਾਉਂਦਾ ਹੋਵੇ ਉਹਦੀ ਸਾਕਾ ਕਤਲਿਆਂ ਨੂੰ ਕਿਹਾ ਜਾਂਦਾ ਹੈ ਜਦੋਂ ਬਿਲਕੁਲ ਨਿਹੱਥੀ ਕੌਮ ਦਾ ਕੋਈ ਦੂਜੀ ਕੌਮ ਦੇ ਨਾਲ ਹਮਲਾਵਰ ਹੋ ਕੇ ਕਤਲਿਆਂ ਕਰ ਦਿੰਦੀ ਹੈ ਨਾਦਰਸ਼ਾਹੀ ਕਤਲਿਆਂ ਹੋਇਆ ਦਿੱਲੀ 'ਚ ਸਾਡਾ ਕਤਲਿਆਂ ਹੋਇਆ ਔਰ ਦਿੱਲੀ ਨੇ ਉਹਨੂੰ ਅਸੀਂ ਦੰਗੇ ਕਹਿਣਾ ਸ਼ੁਰੂ ਕਰ ਦਿੱਤਾ ਦੰਗੇ ਡੈਫੀਨੇਸ਼ਨ ਨਹੀਂ ਹੈ ਵਾਪਰੀ ਘਟਨਾ ਦੀ ਦੰਗੇ ਉਹ ਹੁੰਦੇ ਨੇ ਜਦੋਂ ਦੋ ਕੌਮਾਂ ਆਪਸ 'ਚ ਲੜਦੀਆਂ ਨੇ ਕੁਝ ਉੱਧਰੋਂ ਮਰਦੇ ਨੇ ਕੁਝ ਉੱਧਰੋਂ ਮਰਦੇ ਨੇ ਪਰ ਇੱਕ ਸੁੱਤੀ ਹੋਈ ਕੌਮ ਦੇ ਉੱਪਰ ਹਮਲਾਵਰ ਹੋ ਕੇ ਆ ਜਾਣਾ ਤੇ ਉਹਨੂੰ ਬਾਜ਼ਾਰਾਂ ਦੇ ਵਿੱਚ ਆ ਕੇ ਕਤਲ ਕਰ ਦੇਣਾ ਕਿ ਕਤਲ ਜਾਣਾ ਉਸ ਤੋਂ ਅਗਲੀ ਗੱਲ ਹੈ ਆਪਰੇਸ਼ਨ ਜਦੋਂ ਸਾਡੀ ਆਪਰੇਸ਼ਨ ਬਲੂ ਸਟਾਰ ਗੁਰੂ ਸਾਹਿਬ ਕੀ ਅਸੀਂ ਸਾਡਾ ਮਾਨਸਿਕ ਤਵਾਨਨ ਇੰਨਾ ਹੀ ਜੀਵਾ ਹੋ ਗਿਆ ਕਿ ਅਸੀਂ ਅੰਗਰੇਜ਼ਾਂ 'ਚ ਦੇਸ਼ਾਂ 'ਚ ਨਹੀਂ ਤੇ ਮੈਂ ਵੀ ਆਪਰੇਸ਼ਨ ਦੇ ਅਰਥ ਨਾ ਸਮਝ ਸਕੇ ਆਪਰੇਸ਼ਨ ਦਾ ਭਾਵ ਹੈ ਉਹ ਕਾਰਵਾਈ ਜਿਹਦੇ ਨਾਲ ਇੱਕ ਨਕਾਰਾ ਅੰਗ ਨੂੰ ਜਾਂ ਤਾਂ ਠੀਕ ਕਰ ਦਿੱਤਾ ਜਾਵੇ ਜਾਂ ਕੱਢ ਦਿੱਤਾ ਜਾਵੇ ਮੈਡੀਕਲ ਡੈਫੀਨੇਸ਼ਨ ਸਰਕਾਰ ਨੇ ਕਿਹਾ ਸਰਕਾਰ ਨੇ ਆਪਣੀ ਦਿੱਤੀ ਹੋਈ ਕਾਰਵਾਈ ਦੇ ਇੰਸਟਰਕਸ਼ਨ ਦੇ ਵਿੱਚ ਇਹ ਸ਼ਬਦ ਵਰਤਿਆ ਆਪਰੇਸ਼ਨ ਬਲੂ ਸਟਾਰ ਸਿੱਖਾਂ ਦੇ ਮੂੰਹੋਂ ਇਹ ਸ਼ਬਦ ਨਹੀਂ ਵਰਤਣਾ ਚਾਹੀਦਾ ਸਾਡੇ ਮੂੰਹੋਂ ਇਹ ਸ਼ਬਦ ਨਹੀਂ ਆਉਣਾ ਚਾਹੀਦਾ ਅਸੀਂ ਕਦੀ ਕਿਹਾ ਕਿ ਜਹਾਜ਼ ਦੇ ਵਿੱਚ ਇੰਨੇ ਸਿੱਖ ਮਾਰੇ ਗਏ ਇਸਲਾਮੀ ਇਤਿਹਾਸਕਾਰ ਕਹਿੰਦੇ ਨੇ ਅਸੀਂ ਜਹਾਜ਼ ਦੇ ਵਾਸਤੇ ਜਾ ਰਹੇ ਹਾਂ ਕਾਫਰਾਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਪਰ ਸਿੱਖਾਂ ਨੇ ਕਦੀ ਜਹਾਜ਼ ਸ਼ਬਦ ਦੀ ਵਰਤੋਂ ਨਹੀਂ ਕੀਤੀ ਇਸ ਕਰਕੇ ਸਿੱਖ ਵਿਦਵਾਨ ਦੇ ਮੂੰਹੋਂ ਕਦੀ ਵੀ ਆਪਰੇਸ਼ਨ ਸ਼ਬਦ ਨਹੀਂ ਆਉਣਾ ਚਾਹੀਦਾ ਫਿਰ ਸ਼ਬਦ ਕੀ ਹੈ ਇਹ ਹੈ ਇਤਿਹਾਸ ਦਾ ਤੀਜਾ ਘੱਲੂਗਰ ਘੱਲੂਗਰ ਦੀ ਡੈਫੀਨੇਸ਼ਨ ਕੀ ਹੈ ਜਦੋਂ ਕੌਮ ਦੇ ਕੁਝ ਲੋਕ ਇੱਕ ਜ਼ੁਲਮੀ ਸਰਕਾਰ ਦੇ ਖਿਲਾਫ਼ ਸ਼ਸਤਰਬੱਧ ਹਥਿਆਰ ਹਥਿਆਰਬੰਦ ਸੰਘਰਸ਼ ਆਰੰਭਦੇ ਨੇ ਤੇ ਉਹਨਾਂ ਨੂੰ ਖਤਮ ਕਰਨ ਦੀ ਆੜ ਦੇ ਵਿੱਚ ਮਸੂਮਾਂ ਦਾ ਵੀ ਕਤਲੇਆਮ ਕਰ ਦਿੱਤਾ ਜਾਂਦਾ ਇਹ ਕਰਦਾ ਘੱਲੂਗਰ ਹਰਿਮੰਦਰ ਸਾਹਿਬ ਦੇ ਵਿੱਚ ਕੌਮ ਦੀ ਰੱਖਿਆ ਦੇ ਵਾਸਤੇ ਕੁਝ ਸਿੰਘ ਹਥਿਆਰਬੰਦ ਹੋਏ ਜਿਨ੍ਹਾਂ ਨੇ ਇਸ ਸੰਸਾਰ ਦੀ ਇੱਕ ਐਂਤੀ ਤਾਕਤ ਦੇ ਨਾਲ ਐਂਤੀ ਲੜਾਈ ਲੜੀ ਉਸ ਲੜਾਈ ਦੇ ਵਿੱਚੋਂ ਫਤਿਹ ਜ਼ਾਹਰ ਹੋ ਕੇ ਨਿਕਲੇ ਉਹ ਡਰਦਾ ਘੱਲੂਗਰ ਸੋ ਗੁਰੂ ਸਾਹਿਬ ਤੁਸੀਂ ਹਮੇਸ਼ਾ ਕਿਉਂਕਿ ਇੱਕ ਪੀੜ ਹੈ ਇੱਕ ਦਰਦ ਹੈ ਇੱਕ ਜਖਮ ਹੈ ਕਿਉਂਕਿ ਸਾਡੇ ਦਿਲ ਤੇ ਹਮਲਾ ਹੋਇਆ ਔਰ ਇਸ ਦਰਦ ਨੂੰ ਅਸੀਂ ਘੱਲੂਗਰ ਦੇ ਰੂਪ ਸਾਂਭ ਕੇ ਰੱਖੀਏ ਇਹਨੂੰ ਕਾਰਵਾਈ ਨਾ ਬਣਾਈਏ ਇਹਨੂੰ ਆਪਰੇਸ਼ਨ ਨਾ ਬਣਾਈਏ ਇਹਨੂੰ ਕਤਲੇਆਮ ਨਾ ਬਣਾਈਏ ਇਹ ਘੱਲੂਗਰ ਹੈ ਔਰ ਸਿੱਖ ਕੌਮ ਦੀ ਹਿੱਤ ਦੇ ਉੱਪਰ ਵਾਪਰ ਹੈ ਤੀਜਾ ਘੱਲੂਗਰ ਹੈ ਇਹਦੀ ਡੈਫੀਨੇਸ਼ਨ ਨੂੰ ਅਸੀਂ ਘੱਲੂਗਰ ਦੇ ਰੂਪ ਚ ਲਈਏ ਕਿ ਇਹ ਸਿੱਖ ਦੇ ਦਿਲ ਦੇ ਉੱਪਰ ਕੀਤਾ ਹੋਇਆ ਹਮਲਾ ਹੈ ਜਿਹੜਾ ਇਹ ਹਮਲਾ ਹੋਇਆ ਹਮਲੇ ਦੇ ਪਿਛੋਕੜ ਦੇ ਬਾਰੇ ਮੈਂ ਰਾਤੀ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰ ਦਿੱਤੇ ਸੀ ਫਿਰ ਵੀ ਦੱਸ ਦੇਵਾਂ ਕਿ ਭਾਰਤੀ ਹਕੂਮਤ ਵੱਲੋਂ ਫਰਵਰੀ 1983 ਦੇ ਵਿੱਚ ਪਹਾੜੀਆਂ ਦੇ ਵਿੱਚ ਚਕਰਾਤਾ ਨਾਂ ਦੇ ਸਥਾਨ ਤੇ ਸੱਤ ਅੱਠ ਹਿੰਦੁਸਤਾਨੀ ਫੌਜ ਦੀਆਂ ਬਟਾਲੀਆਂ ਇਕੱਠਾ ਕਰਕੇ ਉਹਨਾਂ ਨੂੰ ਹਰਿਮੰਦਰ ਸਾਹਿਬ ਦਾ ਮਾਡਲ ਉਠਾ ਕੇ ਹਮਲੇ 'ਚ ਚੇਤੀ ਦਿੱਤੀ ਗਈ ਇਸ ਦੇ ਵਿੱਚ ਤੁਸੀਂ ਤਿੰਨ ਚਾਰ ਚੀਜ਼ਾਂ ਨੂੰ ਮਾਡਲ 'ਚ ਧਿਆਨ ਨਾਲ ਜ਼ਰੂਰ ਵੇਖ ਲਿਓ ਕਿ ਜਿੱਥੇ ਮੈਂ ਨੌਰਥ ਸਾਈਡ ਦਿੱਤੀ ਹੈ ਜਿੱਥੇ ਐਲ ਜਿਹੜਾ ਉਹ ਬਲਿੰਕ ਕਰ ਰਿਹਾ ਹੈ ਉਹ ਨੌਰਥ ਸਾਈਡ ਉਹ ਹੈ ਹਰਿਮੰਦਰ ਸਾਹਿਬ ਦਾ ਘੰਟਾ ਘਰ ਵਾਲਾ ਦਰਵਾਜ਼ਾ ਕਿਉਂਕਿ ਜਦੋਂ ਮੈਂ ਤੁਹਾਨੂੰ ਹਮਲੇ ਦੇ ਬਾਰੇ ਸਾਰਾ ਦੱਸਣਾ ਆਪ ਨੂੰ ਪਤਾ ਹੋਣਾ ਚਾਹੀਦਾ ਉੱਤਰੀ ਦਰਵਾਜ਼ਾ ਨੌਰਥ ਹੈ ਸਾਊਥ ਜਿਹੜਾ ਉਹ ਇਲਾਕਾ ਹੈ ਜਿਤਲੇ ਪਾਸੇ ਬਾਬਾ ਦੀਪ ਸਿੰਘ ਉਹਨਾਂ ਦਾ ਸਥਾਨ ਹੈ ਵੈਸਟ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਛਾੜੇ ਦੀਆਂ ਇਮਾਰਤਾਂ ਨੇ ਤੇ ਈਸਟ ਜਿਹੜਾ ਹੈ ਉਹ ਲੰਗਰ ਵਾਲੀਆਂ ਇਮਾਰਤਾਂ ਨੇ ਸੋ ਚਾਰ ਦਿਸ਼ਾਵਾਂ